no fucks given morte apne record sare app hi main todte dhan rahu main karunda puri ni dhan paave phala na kamama main kude ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਲਖਿੰਦਰ ਸਿੰਘ ਜੀ ਅੱਜ ਮੇਰੇ ਚੈਨਲ ਤੇ ਨਾ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਰਹੀ ਹੈ ਤਾਂ ਵੀਡੀਓ ਲੈ ਕੇ ਆਏ ਹਾਂ ਹੋਵੇ ਮੂਸੇ ਵਾਲੇ ਦਾ ਗਾਣਾ ਤੇ ਰਿਕਾਰਡ ਨਾ ਤੋੜੇ ਹੋਣ ਇਹ ਹੋ ਹੀ ਨਹੀਂ ਸਕਦਾ ਸੋ ਅੱਜ ਵੀ ਆਪਾਂ ਰਿਕਾਰਡਸ ਬਾਰੇ ਗੱਲ ਕਰਾਂਗੇ ਤੇ ਨਾਲੇ ਮੂਸੇ ਵਾਲੇ ਦੇ ਜਿਹੜਾ ਚੋਰਨੀ ਸੌਂਗ ਡਿਵਾਈਨ ਬਾਈ ਦੇ ਨਾਲ ਆਇਆ ਹੈ ਤੇ ਉਹਦੇ ਵਿੱਚ ਦੀਆਂ ਡੀਪਲੀ ਥੋੜੀਆਂ ਗੱਲਾਂ ਆਪਾਂ ਸ਼ੇਅਰ ਆਪ ਜੀ ਦੇ ਨਾਲ ਕਰਾਂਗੇ ਸੋ ਪਹਿਲੀ ਗੱਲ ਜਿਹੜੀ ਮੂਸੇ ਵਾਲੇ ਦੇ ਲਿਰਿਕਸ ਦੇ ਵਿੱਚ ਡੀਪਲੀ ਗੱਲ ਨੇ ਪਹਿਲੀ ਗੱਲ ਕੀਤੀ ਸੀ ਮੂਸੇ ਵਾਲੇ ਨੇ ਕਿ ਟੈਨਸ਼ਨਾਂ 'ਚ ਭਰੀਆਂ ਨੇ ਸਰਕਾਰਾਂ ਖਬਰਾਂ ਨਾਲ ਭਰੀਆਂ ਨੇ ਅਖਬਾਰਾਂ ਟੈਂਪੂ ਟੱਲਿਆਂ ਦੀ ਕੋਈ ਖੈਰ ਨਹੀਂ ਬੰਬੇ ਦੀਆਂ ਸੜਕਾਂ 'ਤੇ ਨਾੜ ਗਈਆਂ ਹੁਣ ਇਹ ਇੱਕ ਬੜੀ ਜੇ ਧਿਆਨ ਨਾਲ ਇਹਨੂੰ ਸੋਚੋ ਗੱਲ ਨੂੰ ਤਾਂ ਬੜੀ ਇੱਕ ਡੀਪਲੀ ਗੱਲ ਹੈ ਕਿ ਬੰਬੇ ਦੀਆਂ ਸੜਕਾਂ 'ਤੇ ਨਾਟ ਗਿਆ ਨਾ ਕਿਉਂ ਕਹਿਣ ਦੀ ਲੋੜ ਪਈ ਸੀ ਸੋ ਇਸੇ ਕਰਕੇ ਹੀ ਇਹ ਚੀਜ਼ ਦੀ ਲੋੜ ਪਈ ਸੀ ਕਿ ਯਾਦ ਰੱਖਿਓ ਬੰਬੇ ਵਾਲੇ ਜਿਹੜੇ ਕਹਿ ਲਈਏ ਫਿਲਮ ਇੰਡਸਟਰੀ ਵਾਲੇ ਉਹ ਇੱਥੋਂ ਤੱਕ ਕਿ ਪੱਗਾਂ ਵਾਲਿਆਂ ਦੇ ਨਾਲ ਹੇਟ ਤੱਕ ਕਰਦੇ ਸੀ ਪੱਗਾਂ ਵਾਲਿਆਂ ਦੇ ਨਾਲ ਜੈਲਸ ਫੀਲ ਕਰਦੇ ਹੁੰਦੇ ਸੀ ਅਤੇ ਜਿਹੜੇ ਸਿੱਖਾਂ ਦਾ ਮਜ਼ਾਕ ਉਡਾਉਂਦੇ ਸੀ ਕਹਿ ਲਈਏ ਆਪਣੀਆਂ ਮੂਵੀਜ਼ ਦੇ ਵਿੱਚ ਜਾਂ ਆਪਣੀਆਂ ਫਿਲਮਾਂ ਦੇ ਵਿੱਚ ਇਹ ਚੀਜ਼ ਕਰਦੇ ਸੀ ਅਤੇ ਉਹ ਮੂਸੇ ਵਾਲੇ ਨੇ ਐਸਾ ਠੋਕਵਾਂ ਜਵਾਬ ਦਿੱਤਾ ਟੈਂਪੂ ਟੱਲਿਆਂ ਦੀ ਕੋਈ ਖੈਰ ਨਹੀਂ ਬੰਬੇ ਦੀਆਂ ਸੜਕਾਂ 'ਤੇ ਨਾਟ ਗਿਆ ਅੱਜ ਸੜਕਾਂ ਦੇ ਬੰਬੇ ਦੀਆਂ 'ਤੇ ਅੱਜ ਨਾਟ ਗਿਆ ਜੇ ਮੈਂ ਸੱਚ ਜਾਣੇ ਜੇ ਮੂਸੇ ਵਾਲਾ ਹੁੰਦਾ ਅਤੇ ਉਸੇ ਮੂਸੇ ਵਾਲਾ ਉਹ ਸੜਕਾਂ 'ਤੇ ਅੱਜ ਨਾਟ ਗਿਆ ਗੱਜਣਾ ਵੀ ਸੀ ਪਰ ਅੱਜ ਉਹ ਗਾਣਿਆਂ ਦੇ ਵਿੱਚ ਗੱਜਦਾ ਇਹ ਟਾਈਮ ਹਾਲੀਵੁੱਡ ਵਾਲਿਆਂ ਨੇ ਕਹਿ ਲਈਏ ਕਿ ਜੈਸਿਕਾ ਅਤੇ ਲਿਲੀ ਦੀ ਆਪਸ ਦੇ ਵਿੱਚ ਇਸ ਤਰ੍ਹਾਂ ਗੱਲਬਾਤ ਹੋ ਰਹੀ ਸੀ ਤਾਂ ਉਸ ਗੱਲਬਾਤ ਦੇ ਵਿੱਚ ਉਸ ਲਿਲੀ ਨੇ ਕਹਿ ਲਈਏ ਕਿ ਪੱਗ ਨੂੰ ਟਾਵਲ ਕਿਹਾ ਸੀ ਯਾਰ ਸੱਚ ਜਾਣੇ ਮੂਸੇ ਵਾਲਾ ਉਹ ਬੰਦਾ ਸੀ ਜਿਹੜਾ ਕਹਿ ਲਈਏ ਕਿ ਡਰਦਾ ਨਹੀਂ ਸੀ ਜਿਹੜਾ ਹਿੱਕ ਠੋਕ ਕੇ ਉਹਦੇ ਵਿੱਚ ਸੁਣਾਇਆ ਵੀ ਸੀ ਕਿਹੜਾ ਆ ਤੁਸੀਂ ਵੀਡੀਓ ਦੇਖੋ ਚੈੱਕ ਕਰੋ ਈਵਨ ਆਪਾਂ ਅਮਰੀਕਾ ਵੀ ਗਏ ਹਾਂ ਹਾਲੀਵੁੱਡ 'ਚ ਵੀ ਗਏ ਹਾਂ ਬੰਦਿਆਂ ਨਾਲ ਮਿਲੇ ਹਾਂ ਰੈਪਰਾਂ ਨਾਲ ਮਿਲੇ ਹਾਂ ਉਹ ਸਾਲੇ ਪਤਾ ਕੀ ਕਹਿੰਦੇ ਨੇ ਟਾਵਲ ਹੈੱਡ ਖੁੱਲ੍ਹ ਕੇ ਗੱਲ ਕੀਤੀ ਟਾਵਲ ਨਹੀਂ ਸਿਰਾਂ ਉੱਤੇ ਮਾਣ ਜੱਟਾਂ ਦਾ ਗੱਲ ਸਾਰੀ ਕਰਦੇ ਹਾਂ ਕੈਪ ਤੋਂ ਬਿਨਾਂ ਜਿਨ੍ਹਾਂ ਨੇ ਪੱਗ ਦਾ ਮਜ਼ਾਕ ਉਡਾਇਆ ਚਾਹੇ ਉਹ ਕੋਈ ਵੀ ਰੈਪਰ ਹੋਵੇ ਚਾਹੇ ਕੁਛ ਵੀ ਹੋਵੇ ਬੰਦਾ ਠੋਕ ਕੇ ਗੱਲ ਕਹਿੰਦਾ ਸੀ ਯਾਰ ਕਹਿ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਪੰਜਾਬ ਐਵੇਂ ਨਹੀਂ ਕਹਿੰਦੇ ਕਿ ਪੰਜਾਬ ਕਹਿੰਦੇ ਪੰਜਾਬ ਦਾ ਜੇ ਉਹਨੇ ਗਾਣਾ ਪੰਜਾਬ ਵੀ ਗਾਇਆ ਨਾ ਤਾਂ ਸੱਚ ਜਾਣੇ ਮੂੰਹ 'ਤੇ ਇਹ ਚੀਜ਼ਾਂ ਦੀ ਗੱਲ ਕੀਤੀ ਗੱਲ ਆਪਾਂ ਕਰਨ ਜਾ ਰਹੇ ਹਾਂ ਕਿ ਮੂਸੇ ਵਾਲੇ ਦੇ ਸੌਂਗ ਦੇ ਰਿਕਾਰਡ ਅਤੇ ਬਾਈ ਮੂਸੇ ਵਾਲੇ ਦੇ ਸੌਂਗ ਦੇ ਰਿਕਾਰਡਸ ਉਹਦਾ ਹਮੇਸ਼ਾ ਹੀ ਕਹਿੰਦੇ ਆਪਣੇ ਰਿਕਾਰਡ ਸਾਰੇ ਆਪ ਹੀ ਮੈਂ ਤੋੜਤੇ ਆਪਣੇ ਰਿਕਾਰਡ ਸਾਰੇ ਆਪ ਹੀ ਮੈਂ ਤੋੜਤੇ ਸੱਚੀ ਉਹਨੇ ਆਪਣੇ ਰਿਕਾਰਡ ਸੱਚੀ ਆਪ ਹੀ ਤੋੜਤੇ ਸੀ ਕਿ ਬਾਈ ਏਡਾ ਇਹ ਬੰਦੇ ਦਾ ਰੁਤਬਾ ਸੀ ਉਹਦਾ ਤੁਸੀਂ ਜਿਹੜਾ ਜਦੋਂ ਕਹਿ ਲਈਏ ਲਾਈਵ ਸਟ੍ਰੀਮ ਹੋਇਆ ਸੀ ਇੱਕ ਕਹਿ ਲਈਏ ਕਿ 1.5 ਲੱਖ ਬੰਦਾ 144K ਕਹਿ ਲਈਏ ਕਿ ਸਟ੍ਰੀਮਿੰਗ ਲਾਈਵ ਸਟ੍ਰੀਮ ਦੇ ਵਿੱਚ ਦੇਖ ਰਿਹਾ ਸੀ ਅਤੇ ਦੂਜੀ ਗੱਲ 45 ਲੋਕਾਂ ਦੇ ਮਿਲੀਅਨ ਪਹੁੰਚਦੇ ਨੇ ਦੋ ਦੋ ਚਾਰ ਚਾਰ ਤਿੰਨਾਂ ਤਿੰਨਾਂ ਦਿਨਾਂ ਬਾਅਦ ਗਾਣਿਆਂ ਦੇ ਪਰ ਮੂਸੇ ਵਾਲੇ ਦਾ 45 ਮਿੰਟ ਦੇ ਵਿੱਚ ਕਹਿ ਲਈਏ ਕਿ 1 ਮਿਲੀਅਨ ਸੌਂਗ ਪਹੁੰਚ ਗਿਆ ਸੀ ਇਹਦੇ ਵਿੱਚ ਇੱਥੇ ਥੋੜ੍ਹੀ ਇਸ ਕਰਕੇ ਥੋੜ੍ਹੀ ਘਾਟ ਇਸ ਚੀਜ਼ ਦੀ ਹੋ ਗਈ ਆਡੀਓ ਸੌਂਗ ਪਹਿਲਾਂ ਕੱਢ ਦਿੱਤਾ ਗਿਆ ਉਹ ਸੌਂਗ ਅੱਜ ਵੀ ਆਡੀਓ ਸੌਂਗ ਜਿਹੜਾ ਹੈ ਉਹ ਟ੍ਰੈਂਡਿੰਗ ਨੰਬਰ 1 'ਤੇ ਹੈ ਅਤੇ ਜਿਹੜਾ ਵੀਡੀਓ ਸੌਂਗ ਹੈ ਟ੍ਰੈਂਡਿੰਗ ਨੰਬਰ 2 'ਤੇ ਜਾ ਰਿਹਾ ਹੈ ਅਤੇ ਉਸ ਤੋਂ ਪਹਿਲੇ ਸੌਂਗ ਦੀ ਜੇ ਤੁਸੀਂ ਗੱਲ ਕਰੋਗੇ ਨਾ ਮੂਸੇ ਵਾਲੇ ਦੇ ਮੇਰਾ ਨਾਂ ਸੌਂਗ ਜਿਹੜਾ ਆਇਆ ਸੀ ਮੇਰੇ ਨਾਂ ਸੌਂਗ ਨੇ 1 ਮਿਲੀਅਨ ਕ੍ਰੋਸ ਕਰਤਾ ਸੀ 1 ਮਿਲੀਅਨ ਇੱਕ ਮੈਂ ਇਹ ਵੀ ਗੱਲ ਸਾਰਿਆਂ ਨੂੰ ਇੱਥੇ ਕਹਿ ਦੇਵਾਂਗਾ ਕਿ ਯੂਟਿਊਬ ਜਿਹੜੇ ਯੂਜ਼ ਕਰਦੇ ਹੋਣਗੇ ਉਹਨਾਂ ਨੂੰ ਤਾਂ ਇਹ ਚੀਜ਼ ਪਤਾ ਹੋਊਗਾ ਯੂਟਿਊਬ ਦੇ ਜਿਹੜੇ ਫਰੰਟ 'ਤੇ ਹਜੇ ਯੂਟਿਊਬ ਦੇ ਵਿੱਚ ਸਾਹਮਣੇ ਦਿਖਾਏ ਜਾਂਦੇ ਨੇ ਵਿਊ ਉਹ ਹਜੇ ਘੱਟ ਦਿਖਾਏ ਜਾਂਦੇ ਨੇ ਜੇ ਉਹੀ ਵਿਊ ਤੁਸੀਂ ਸਟੂਡੀਓ ਦੇ ਵਿੱਚ ਜਾ ਕੇ ਚੈੱਕ ਕਰੋਗੇ ਅਤੇ ਲਾਈਵ ਦੇ ਵਿੱਚ ਚੈੱਕ ਕਰੋਗੇ ਤਾਂ ਉਹਦੇ ਨਾਲੋਂ 2 ਗੁਣਾ 3 ਗੁਣਾ ਵੱਧ ਵਿਊ ਹੁੰਦੇ ਨੇ ਜਿਹੜੇ ਕਹਿ ਲਈਏ ਕਿ ਬੈਕਗਰਾਊਂਡ 'ਤੇ ਚੱਲ ਰਹੇ ਹੁੰਦੇ ਨੇ ਉਹ ਜੁੜੇ ਨਹੀਂ ਹਨ ਹੋ ਰਹੇ ਹੁੰਦੇ ਸਪੋਟੀਫਾਈ 'ਤੇ ਕਹਿ ਲਈਏ ਕਿ 17,80,000 ਔਰ ਦਿਸ ਰਿਲੀਜ਼ ਜਿਹੜੀਆਂ ਹੋਈਆਂ ਨੇ ਸਭ ਤੋਂ ਵੱਧ ਕਹਿ ਲਈਏ ਸਪੋਟੀ 'ਤੇ ਵੀ ਇਹ ਚੀਜ਼ ਨੂੰ ਬਹੁਤ ਕਹਿ ਲਈਏ ਕਿ ਰਿਕਾਰਡ ਤੋੜੇ ਨੇ ਮੂਸੇ ਵਾਲੇ ਨੇ ਅੱਜ ਦੀ ਜੇ ਕਹਿ ਲਈਏ ਕਿ ਸਭ ਤੋਂ ਵੱਧ ਜੇ ਅੱਜ ਰਿਕਾਰਡ ਤੋੜਦਾ ਇਹਨਾਂ ਬੰਦਾ ਤਾਂ ਉਹ ਇੱਕੋ ਇੱਕ ਹੈ ਪੰਜਾਬ ਦਾ ਰਹਿਣ ਵਾਲਾ ਮੂਸਾ ਜੱਟ ਕਹਿ ਲਈਏ ਉਹ 69 ਬਾਕੀ ਯਾਰ ਗੱਲ ਇਹ ਹੈ ਕਿ ਭਾਵੇਂ ਉਹਦਾ ਆਵੇ ਪਹਿਲਾਂ ਗਾਣਾ ਭਾਵੇਂ ਉਹਦਾ ਆਵੇ ਲੇਟ ਗਾਣਾ ਭਾਵੇਂ ਹੋਵੇ ਲੀਕ ਹੋ ਕੇ ਭਾਵੇਂ ਜਿਸ ਤਰ੍ਹਾਂ ਮਰਜ਼ੀ ਆਵੇ ਤਾਂ ਸੱਚ ਜਾਣੇ ਉਹ ਜਿੱਦਣ ਉਹਦੇ ਅਫੀਸ਼ੀਅਲ ਚੈਨਲ 'ਤੇ ਆਉਂਦਾ ਇਹਨਾਂ ਟ੍ਰੈਂਡਿੰਗ ਦੀਆਂ ਜਗ੍ਹਾ ਛੱਡਣੀਆਂ ਪੈਂਦੀਆਂ ਨੇ ਇੱਕ ਗੱਲ ਯਾਦ ਰੱਖਿਓ ਇਹ ਸੀ ਉਹਦਾ ਰੁਤਬਾ ਬਾਈ ਭਾਵੇਂ ਕਹਿ ਲਈਏ ਕਿ ਉਹ ਸੌਂਗ ਪਹਿਲਾਂ ਵੀ ਸਾਰਾ ਸੁਣ ਲਿੱਤਾ ਗਿਆ ਕਈਆਂ ਨੇ ਸੁਣ ਲਿੱਤਾ ਗਿਆ ਜੋ ਬਾਅਦ ਵਿੱਚ ਜਦੋਂ ਵੀਡੀਓ ਆਈ ਵੀਡੀਓ ਵਾਸਤੇ ਵੀ ਅਜੇ ਫਸਟ ਅਤੇ ਸੈਕਿੰਡ ਜਗ੍ਹਾ 2 ਆਏ ਨੇ ਅਤੇ ਦੋਵਾਂ ਜਗ੍ਹਾ ਟ੍ਰੈਂਡਿੰਗ ਦੇ ਵਿੱਚ ਹੈ ਮੂਸੇ ਵਾਲੇ ਫੈਨਸ ਵਾਸਤੇ
कह लिए कि एक खुशी की यह गल है कि भाई वह बंदा साडा इहो जिहा सी कि जिहड़ा जिउंदे जी कोई गल कह दिंदा सी भावें सिर पग नूं टावल कहिंदा सी चाहे दिल्ली दे वाले कहिंदे सी चाहे पंजाब नूं कोई भी खिते नूं कुछ कहिंदा सी अगला हिक ठोक के उस चीज़ की गल करदा सी भावें चाहे कह लिए उहदे च कोई भी सौंग चक के देख लो एस वाई एल सौंग चक के देख लो लैवल सौंग चक के देख लो स्कैप गॉड चक के देख लो मतलब कि हर चीज़ के मुद्दे से अगला बंदा गल करना जानता सी इन्नी युरत रखता सी। कई सिंगर होंगे पंजाबी ये भी कि जिहड़े बॉलीवुड तक पहुँचे होंगे कितों कितों तक कई ने पहुँचे होंगे पर उन्होंने कभी मूँह के घुंगड़ियाँ पाइं कभी कोई ने गल की कि जे कोई उन्होंने मजाक उड़ावे बॉलीवुड वाले या कुछ भी पर एको एक सी चाहे वह हॉलीवुड वाले कुछ कह देना चाहे कह लिए बॉलीवुड वाले कुछ कह देना पर अगला मूँह से जवाब दिता स हाँ बई जे प्यार अगला करता स ना तो यह भी वो अंदर हैगा कि बई प्यार है तो जिते जी कहोगे उत्थे जी कहाओगे पर जिथे अगों तुम रिप्लाई दोगे तो उधर वो ठोक मार रिप्लाई आएगा और डरदा नहीं सी किसी कोल तो। अज की जी बेस्ट म्यूजिक वीडियो है वह है अज मूसे वाले की बाकी वध तो वध बाई सौग रिपीटा से सुनिया जा रहा है बहुत सौग धक् पा रहा है कि बाई ने यार पहली गलत एक वीडियो जी असी देखते हैं बाई की वीडियो बड़ी धाकड़ बनाई वो जिमें सीन्स दिखा रहे हैं कि एक पंजाब वाला एक पग वाले जेडे कह लिए कि तोपा दे अगे खड़ जाते हैं एक आर्मी वाले की सिफत एक रेजीमेंट वाले की सिफत कि जारे सिख किसी गल तो पिछे नहीं हटते रिकॉर्ड चैक कर करके करके देख लो चाहे कारगिल की जंग का होवे सिख रेजीमेंट की गल करके देख लो कित्थे कित्थे जिहड़े सिख अगे ला के शहीद होए यार किहे बन्नेओं भी देख लो चाहे जलियां वाले बाग च देख लो चाहे कितें भी देख लो जे हेकां तान के खड़े तो सिख अगे खड़े सी यार ज़्यादातर ये गल्लां रिकॉर्ड्स ने ते बाई कीती है दबदा नहीं पूरा जट फाइन है मूसे वाले नाल जो डिवाइन है दबदा नहीं सी ओ पूरा जट फाइन है कहिंदा कोई गल नहीं जो भी हैगा वधिया पर दबना नहीं सीखिया उस बाई ने यार सो प्राउड महसूस होंदा है कि बाई ओ साडी पंजाबी इंडस्ट्री का एक महान सिंगर जिन्हें वर्ल्ड वाइड तक धक् पाई जिहड़ा किसी को डरिया नहीं जिहड़ा मूँह ते कह लिए कि जे कोई गल कहिंदा सी उहदा रिप्लाई भी करदा सी इहो जिहा नहीं वह चापलूसियां करके वह लेलड़ियां करके नहीं वह चलिया होया सिंगर सी वह अपने दम ते चलिया होया ते अपने पैरां सिर खड़ के चलिया होया सिंगर सी उह बंदा सल्यूट है बई मूसे वाले नूं बाकी तुहाडे कोल कोई नवीं इनफॉर्मेशन होए ते मैनूं कमेंट बॉक्स दे विच कमेंट कर सकदे हो चाहे वह किसी भी रिकॉर्ड्स की बिलबोर्ड की ज किसी भी हो मैंने जरूर दसना करो तो आप अगली वीडियो के उस चीज़ में जरूर बोलेंगे सो अगली वीडियो लेकर बहुत जल्दी मिले हो तो सत श्री अकाल बाय बाय।